ਰਾਜਾ ਜੀ ਜ਼ਰਾ ਆਪਣੇ ਸਟਾਈਲ ਦੇ ਵਿੱਚ ਸ਼ੇਰ ਪੜ੍ਹ ਕੇ ਤੇ ਇਹ ਗਾਣਾ ਤੇ ਸੁਣਾ ਦਿਓ। ਹਾਏ ਰੱਬਾ, ਇੰਨੇ ਪਿਆਰ ਨਾਲ ਕਹੋਗੇ ਤੇ ਦੁਖੀ ਕਿੱਥੋਂ ਹੋਇਆ ਜਾਣਾ। ਇਸ ਸਾਡੇ ਵੀਰ ਜੀ ਸਾਡਾ ਪ੍ਰੋਗਰਾਮ ਸੁਣ ਰਹੇ ਨੇ ਔਰ ਕਹਿ ਰਹੇ ਨੇ ਕਿ ਰਾਜਾ ਜੀ ਹਮੇਸ਼ਾ ਦੀ ਤਰ੍ਹਾਂ ਤੁਸੀਂ ਕੰਮ ਕਰਦੇ ਹੋ, ਦਿਲੋਂ ਜਾਨ ਤੇ ਛਾ ਜਾਂਦਾ ਹੈ ਔਰ ਬਹੁਤ ਸਾਰੀਆਂ ਦੁਆਵਾਂ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਜਿਹੜੇ ਤੁਹਾਡੇ ਨਾਲ ਇਸ ਟਾਈਮ ਬਾਕਾਇਦਾ ਤੌਰ ਤੇ ਪ੍ਰੋਗਰਾਮ ਵਿੱਚ ਸ਼ਾਮਿਲ ਨੇ। ਖਾਲਿਦ ਭਾਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਤਨਾ ਪਿਆਰ, ਇਤਨੀਆਂ ਦੁਆਵਾਂ ਦਿੰਦੇ ਹੋ। ਸਾਜਾ ਸਾਹਿਬ ਸਾਨੂੰ ਪਹਿਲੀ ਦਫ਼ਾ ਕੰਮ ਜਿਵੇਂ ਕਿ ਇੱਕ ਮਸ਼ਵਰਾ ਦਿੱਤਾ ਕਿ ਕਿਸੇ ਨੂੰ ਮਾਰਨ ਵਾਸਤੇ ਹਥਿਆਰ ਦੀ ਜ਼ਰੂਰਤ ਨਹੀਂ ਹੈ, ਉਹਨੂੰ ਬਹੁਤ 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 ਪਿਆਰ ਕਰਦੇ ਹੋ, ਆਪ ਹੀ ਮਰ ਜਾਏਗਾ ਜਦੋਂ ਤੁਸੀਂ ਉਹਨੂੰ ਛੱਡ ਦਿਓਗੇ। ਇੱਕ ਹੋਰ ਛੋਟੀ ਜਿਹੀ ਗੱਲ, ਕੋਈ ਵੀ ਰਿਸ਼ਤੇ ਨੂੰ, ਕਿਸੇ ਵੀ ਰਿਸ਼ਤੇ ਨੂੰ, ਕਿਸੇ ਵੀ ਪਿਆਰ ਨੂੰ, ਮੁਹੱਬਤ ਨੂੰ, ਈਵਨ ਕਿ ਲੜਾਈ ਦੁਸ਼ਮਣੀ ਨੂੰ ਤੁਸੀਂ ਮੁਕਾਉਣਾ ਚਾਹੁੰਦੇ ਹੋ ਨਾ, ਤੇ ਆਪਣੀ ਜ਼ਿੰਦਗੀ 'ਚੋਂ ਅਹਿਸਾਸ ਤੇ ਅਹਿਸਾਸ ਜ਼ਿੰਮੇਦਾਰੀ ਖਤਮ ਕਰ ਦਿਓ, ਯਕੀਨ ਮੋਨਾ ਸਾਰਾ ਕੁਝ ਆਪੇ ਖਤਮ ਹੋ ਜਾਏਗਾ। ਜਦੋਂ ਸਾਡੇ ਉੱਤੇ ਦੁੱਖਾਂ ਦੀ ਹਨੇਰੀਆਂ, ਫਿਰ ਉਹ ਰਿਸ਼ਤਾ ਧੀ ਦਾ ਤੇ ਮਾਂ ਦਾ ਜੇ, ਪਿਓ ਦਾ ਜਾਂ ਪੁੱਤਰ ਦਾ ਜੇ, ਭੈਣ ਦਾ ਭਰਾ ਦਾ ਜਾਂ ਭਰਾ ਭਰਾ ਦਾ ਜਾਂ ਭੈਣ ਭੈਣ ਦਾ, ਦੋਸਤ ਯਾਰੀ ਦਾ, ਇਸ਼ਕ ਮੁਹੱਬਤ ਦਾ, ਸਹੇਲੀ ਬੇਲੀ ਦਾ ਜਾਂ ਮੀਆਂ ਬੀਵੀ ਦਾ, ਅਹਿਸਾਸ ਮੁਕਾ ਦਿਓ, ਸਭ ਕੁਝ ਮੁੱਕ ਜਾਏਗਾ। ਬਿਲਕੁਲ ਜੀ, ਜਿਸ ਵੇਲੇ ਸਾਰਾ ਕੁਝ ਮੁੱਕ ਜਾਂਦੀ ਹਕੀਕਤ ਹੈ ਸੁਣਿਓ। ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਹੈ, ਨਿਊਜ਼ ਬ੍ਰੇਕ ਹੈ।